12th ਐਡੀਸ਼ਨ ਜਿਹੜਾ ਸਾਡਾ ਇੰਟੈਕਸ ਐਕਸਪੋ ਦਾ ਉਹ ਅੱਜ ਉਹਦਾ ਲਾਸਟ ਡੇ ਆ ਔਰ ਬਹੁਤ ਹੀ ਅੱਛਾ ਰਿਸਪੌਂਸ ਆਇਆ। 2 ਤੋਂ 5 ਫਰਵਰੀ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵਾਲੇ ਐਗਜ਼ੀਬਿਸ਼ਨ ਲੱਗੀ ਹੋਈ ਸੀ, 250 ਕੰਪਨੀਆਂ ਨੇ ਪੂਰੇ ਇੰਡੀਆ ਤੋਂ ਪਾਰਟੀਸਪੇਟ ਕੀਤਾ, ਥਾਊਜ਼ੈਂਡਸ ਆਫ ਪ੍ਰੋਡਕਟ ਇੱਥੇ ਡਿਸਪਲੇ ਦੇ ਸੀਗੇ। ਰਿਸਪੌਂਸ ਬਹੁਤ ਅੱਛਾ ਮਿਲਿਆ। ਕੱਲ੍ਹ ਸ਼ਾਮ ਤੱਕ ਹੀ ਅਸੀਂ ਤਕਰੀਬਨ 35,000 ਲੋਕ ਰਜਿਸਟਰ ਕਰ ਚੁੱਕੇ ਸੀਗੇ। ਅੱਜ ਵੀ ਤੁਸੀਂ ਦੇਖ ਰਹੇ ਹੋ ਰਸ਼ ਖੂਬ ਰਸ਼ ਹੈਗਾ, ਤਾਂ ਹੈ ਕਿ ਅੱਜ ਸ਼ਾਮ ਤੱਕ ਅਸੀਂ ਤਕਰੀਬਨ ਜਿਹੜੀ ਸਾਡੀ ਰਜਿਸਟ੍ਰੇਸ਼ਨ ਹੈ ਉਹ 50,000 ਤੱਕ ਪਹੁੰਚ ਜੂਗੀ। ਮੈਂ ਥੈਂਕ ਯੂ ਕਰਦਾ ਮੀਡੀਆ ਦਾ, ਸਾਡੇ ਐਗਜ਼ੀਬਿਟਰ, ਸਾਡੇ ਵਿਜ਼ਟਰਸ ਸਭ ਦਾ ਬਹੁਤ ਬਹੁਤ ਧੰਨਵਾਦ। ਇਹਨੂੰ ਕੰਮ ਸਭ ਨੇ ਮਿਲ ਕੇ ਕਾਮਯਾਬ ਕੀਤਾ ਔਰ ਨੈਕਸਟ ਈਅਰ ਫਿਰ ਮਿਲਦੇ ਹਾਂ। ਥੈਂਕ ਯੂ। ਮੈਂ 3-4 ਦਿਨ ਯਹਾਂ ਪਰ ਥੀ ਔਰ ਬਹੁਤ ਹੀ ਅੱਛਾ ਰਹਾ। ਬਹੁਤ ਹਮੇ ਐਕਸਪੈਕਟਿਡ ਨਹੀਂ ਥੇ ਜਿਤਨੇ ਵਿਜ਼ਿਟਰਸ ਉਸਸੇ ਜ਼ਿਆਦਾ ਰਹੇ। 300+ ਆਰਕੀਟੈਕਟਸ ਰਹੇ ਔਰ ਜੋ ਸਟਾਲਸ ਹੈਂ ਵੋ ਵੀ ਬਹੁਤ ਅੱਛੇ। ਇਵਨ ਇੰਪੋਰਟਿਡ ਥਾਈਲੈਂਡ ਕੁਛ ਸਟਾਲਸ ਥੇ ਜੋ ਥਾਈਲੈਂਡ ਸੇ ਆਏ ਹੋਏ ਥੇ, ਮਣੀਪੁਰ ਸੇ ਆਏ ਹੋਏ ਥੇ ਔਰ ਬਹੁਤ ਹੀ ਅੱਛਾ ਐਗਜ਼ਿਬਿਟ ਰਹਾ ਸਾਰਾ ਔਰ ਬਹੁਤ ਹੀ ਗਾਈਡਿੰਗ ਔਰ ਨੌਲੇਜੇਬਲ ਸੈਸ਼ਨਸ ਥੇ। ਇਵਨ ਜੋ ਪੈਨਲ ਡਿਸਕਸ਼ਨਸ ਥੀ ਫੀਮੇਲਸ ਕੀ ਵੋ ਬਹੁਤ ਬੜੀਆ ਰਹੀ। ਇਵਨ ਇੰਟਰੈਕਸ਼ਨਸ ਰਹੀ ਜੋ ਵੈਂਡਰਸ ਕੇ ਸਾਥ, ਫੋਰ ਐਨ ਆਰਕੀਟੈਕਟ, ਐਜ਼ ਐਨ ਆਰਕੀਟੈਕਟ ਐਂਡ ਫੋਰ ਕਾਮਨ ਪੀਪਲ ਆਲਸੋ, ਇਟ ਵਾਜ਼ ਵੈਰੀ ਵੰਡਰਫੁਲ ਐਂਡ ਇਟ ਵਾਜ਼ ਵੈਰੀ ਨੌਲੇਜੇਬਲ। ਆਈ ਸਜੈਸਟ ਐਵਰੀਵਨ ਫਰੋਮ ਨੈਕਸਟ ਟਾਈਮ ਮੋਰ ਸਟੈਪ ਇਨ। ਬਹੁਤ ਵਧੀਆ ਅਤੇ ਬਹੁਤ ਜ਼ਿਆਦਾ ਵੱਡਾ ਹੁੰਗਾਰਾ ਮਿਲਿਆ। ਜਿਵੇਂ ਕੱਲ੍ਹ ਮੈਨੂੰ ਪਤਾ ਲੱਗਿਆ ਵੀ 20,000 ਤੋਂ ਵੀ ਵੱਧ ਜਿਹੜੇ ਨੇ ਕੱਲ੍ਹ ਵਿਜ਼ਿਟਰ ਐਂਡ 2,000 ਤੋਂ ਬਾਅਦ ਆਰਕੀਟੈਕਟ ਕੱਲ੍ਹ ਵਿਜ਼ਿਟ ਕਰ ਚੁੱਕੇ ਨੇ ਸੀਗੇ, ਅਤੇ ਅੱਜ ਵੀ ਆਰਕੀਟੈਕਟ ਅਤੇ ਸਟੂਡੈਂਟ ਦਾ ਆਉਣਾ ਲੱਗਿਆ ਹੋਇਆ ਹੈ, ਬਰਕਰਾਰ ਹੈਗਾ। ਅੱਜ ਵੀ ਪੂਰਾ ਰਸ਼ ਮੰਡੇ ਹੈ, ਲੇਕਿਨ ਕਿਸੇ ਵੀ ਸਟਾਲ ਦੇ ਉੱਤੇ ਤੁਹਾਨੂੰ ਕਿਸੇ ਵੀ ਖਾਲੀ ਨਹੀਂ ਮਿਲ ਰਿਹਾ, ਅਤੇ ਬਹੁਤ ਜ਼ਿਆਦਾ ਬੈਨੀਫਿਟ ਲੋਕ ਉਠਾ ਰਹੇ ਨੇ ਇਸ ਐਗਜ਼ੀਬਿਸ਼ਨ ਦਾ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਇਹਦੀ ਅਵੇਅਰਨੈਸ ਜਿਹੜੀ ਹੈਗੀ ਆ ਹੋਰ ਵੱਧ ਰਹੀ ਹੈਗੀ ਆ। ਆਉਣ ਵਾਲਾ ਟਾਈਮ ਜਿਹੜਾ ਹੋਰ ਵਧੀਆ ਹੋ ਰਿਹਾ ਆ। ਪਿਛਲੇ ਲਾਸਟ 12th ਜਿਹੜੀ ਐਕਸਪੋ ਦਾ ਜਿਹੜਾ ਐਡੀਸ਼ਨ ਸੀਗਾ ਇਹ ਬਹੁਤ ਸਕਸੈਸਫੁਲ ਗਿਆ ਆ, ਅਤੇ ਮੈਂ ਇਹੀ ਆਸ ਕਰਾਂਗਾ ਵੀ ਜਿੰਨੇ ਵੀ ਐਗਜ਼ੀਬਿਟਰ ਨੇ ਸਭ ਨੇ ਸਟਾਲ ਲਗਾਏ ਨੇ ਔਰ ਇੰਨੇ ਵਿਜ਼ਿਟਰ ਇੱਥੇ ਆਏ ਨੇ, ਉਹਨਾਂ ਦਾ ਬਿਜ਼ਨਸ ਵੀ ਕਾਫੀ ਗਰੋ ਹੋਏਗਾ। ਅਤੇ ਇਸ ਤਰ੍ਹਾਂ ਹੀ ਜਿੰਨੇ ਵੀ ਲੋਕ ਆਏ ਨੇ ਇੱਥੇ ਦੇਖ ਕੇ ਗਏ ਨੇ, ਅਤੇ ਉਹਨਾਂ ਨੂੰ ਵੀ ਆਪਣੇ ਕੰਸਟਰਕਸ਼ਨ ਕਰਨ ਦੇ ਵਿੱਚ ਜਾਂ ਉਹਨਾਂ ਦੀ ਹੈਲਪ ਜਿਹੜੀ ਹੈਗੀ ਬਹੁਤ ਮਿਲੀ ਹੋਊਗੀ। ਪਲੱਸ ਉਹਨਾਂ ਦੇ ਕੰਟੈਕਟ ਬਹੁਤ ਬਣੇ ਹੋਣਗੇ, ਕਈਆਂ ਦੇ ਬਿਜ਼ਨਸ ਟੂ ਬਿਜ਼ਨਸ, ਕਈਆਂ ਦੇ ਬਿਜ਼ਨਸ ਟੂ ਕਸਟਮਰ, ਬਹੁਤ ਇੱਦਾਂ ਦੇ ਕੰਟੈਕਟ ਕਸਟਮਰ ਜਿਹੜੇ ਬਣੇ ਹੋਣਗੇ, ਅਤੇ ਉਹ ਬਹੁਤ ਵੱਡਾ ਬੈਨੀਫਿਟ ਹੋਣ ਜਾ ਰਿਹਾ ਹੈ ਇਸ ਐਗਜ਼ੀਬਿਸ਼ਨ ਦਾ। ਇੱਕ ਲੁਧਿਆਣੇ ਨੂੰ ਕਿ ਪੂਰੇ ਇੰਡੀਆ ਨੂੰ ਹੀ ਬਹੁਤ ਵੱਡਾ ਬੈਨੀਫਿਟ ਹੋ ਜਾ ਰਿਹਾ। ਹਾਂਜੀ, ਆਉਣ ਵਾਲੇ ਇੰਨਾ ਅਸੀਂ ਸੋਚਿਆ ਨਹੀਂ ਸੀਗਾ ਵੀ ਇੰਨੀ ਸਾਨੂੰ ਪਾਰਕਿੰਗ ਦੀ ਜ਼ਰੂਰਤ ਪਊਗੀ, ਕਿਉਂਕਿ ਪਿਛਲਾ ਦੇ ਹਿਸਾਬ ਨਾਲ ਲੈ ਕੇ, ਪਰ ਮੈਨੂੰ ਲੱਗਦਾ ਅਗਲੀ ਵਾਰੀ ਸਾਨੂੰ ਇਸ ਤੋਂ ਵੀ ਡਬਲ ਸੋਚਣੀ ਪੈਣੀ ਹੈ, ਕਿਉਂਕਿ ਲੋਕਾਂ 'ਚ ਅਵੇਅਰਨੈਸ ਬਹੁਤ ਜ਼ਿਆਦਾ ਆ ਗਈ ਹੈ ਵੀ ਐਗਜ਼ੀਬਿਸ਼ਨ ਦਾ ਬੈਨੀਫਿਟ ਬਹੁਤ ਜ਼ਿਆਦਾ ਹੈਗਾ।